ਕੀ ਤੁਹਾਨੂੰ ਪਤਾ ਹੈ ਕਿ ਇੰਟਰਨੈਟ ਦੇ ਉੱਪਰ ਵਾਇਰਲ ਹੋਣ ਵਾਲਾ ਇਹ ਚਿਹਰਾ ਕਿਸਦਾ ਹੈ? ਇਨਸਾਨ ਆਪਣੇ ਦਿਮਾਗ ਦੀ ਕਿੰਨੇ ਪਰਸੈਂਟ ਵਰਤੋਂ ਕਰਦਾ ਹੈ? ਇੰਡੀਆ ਦੇ ਵਿੱਚ ਗੱਡੀਆਂ ਦੇ ਸਟੀਅਰਿੰਗ ਸੱਜੇ ਪਾਸੇ ਕਿਉਂ ਹੁੰਦੇ ਨੇ, ਜਦਕਿ ਹੋਰ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਗੱਡੀਆਂ ਦੇ ਸਟੀਅਰਿੰਗ ਖੱਬੇ ਪਾਸੇ ਹੁੰਦੇ ਨੇ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਤੁਹਾਡਾ ਹੋਸਟ ਜਸਪੀ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਅਸੀਂ ਇਨਸਾਨ ਆਪਣੇ ਦਿਮਾਗ ਦੇ ਸਿਰਫ 4-5% ਹਿੱਸੇ ਦੀ ਹੀ ਵਰਤੋਂ ਕਰਦੇ ਹਾਂ। ਇਸ ਕਨਸੈਪਟ ਦੇ ਉੱਤੇ ਇੱਕ ਹਾਲੀਵੁੱਡ ਦੀ ਫਿਲਮ ਲੂਸੀ ਵੀ ਬਣ ਚੁੱਕੀ ਹੈ, ਪਰ ਇਹ ਗੱਲ ਬਿਲਕੁਲ ਝੂਠ ਹੈ। ਇਨਸਾਨ ਆਪਣੇ ਦਿਮਾਗ ਦੀ ਪੂਰੀ 100% ਵਰਤੋਂ ਕਰਦਾ ਹੈ। ਹੁਣ ਆਪਣੇ ਮਨ ਦੇ ਵਿੱਚ ਇਹ ਵੀ ਸਵਾਲ ਆਵੇਗਾ ਕਿ ਜੇਕਰ ਸਾਰੇ ਇਨਸਾਨ ਹੀ ਆਪਣੇ ਦਿਮਾਗ ਦੀ 100% ਵਰਤੋਂ ਕਰਦੇ ਨੇ ਤਾਂ ਇਹ ਸਾਰੇ ਨਿਊਟਨ ਜਾਂ ਆਇਨਸਟਾਈਨ ਕਿਉਂ ਨਹੀਂ ਬਣ ਜਾਂਦੇ? ਇਸ ਦਾ ਪਹਿਲਾ ਕਾਰਨ ਹੈ ਇੰਟਰਸਟ, ਯਾਨੀ ਕਿ ਰੁਚੀ। ਜੇਕਰ ਤੁਹਾਡੀ ਕਿਸੇ ਕੰਮ ਦੇ ਵਿੱਚ ਰੁਚੀ ਹੈ ਤਾਂ ਤੁਹਾਡਾ ਦਿਮਾਗ ਉੱਥੇ ਪੂਰਾ 100% ਕੰਮ ਕਰਦਾ ਹੈ। ਇਸ ਦਾ ਦੂਜਾ ਕਾਰਨ ਇਹ ਹੈ ਕਿ ਕੁਝ ਜੀਨੀਅਸ ਲੋਕਾਂ ਦੇ ਦਿਮਾਗ ਦਾ ਅੰਦਰਲਾ ਹਿੱਸਾ ਜਿੱਥੇ ਸਟੋਰੇਜ ਹੁੰਦੀ ਹੈ ਉਹ ਆਮ ਲੋਕਾਂ ਦੇ ਨਾਲੋਂ ਜ਼ਿਆਦਾ ਵਿਕਸਿਤ ਹੋਇਆ ਹੁੰਦਾ ਹੈ। ਦਿਮਾਗ ਦੇ ਇਹਨਾਂ ਹਿੱਸਿਆਂ ਦਾ ਇੰਨੀ ਚੰਗੀ ਤਰ੍ਹਾਂ ਦੇ ਨਾਲ ਵਿਕਾਸ ਹੋਇਆ ਹੁੰਦਾ ਹੈ, ਜਿਸ ਕਰਕੇ ਇਹ ਲੋਕ ਆਪਣੇ ਦਿਮਾਗ ਦੀ ਪੂਰੀ 100% ਵਰਤੋਂ ਕਰਦੇ ਨੇ ਸਹੀ ਤਰੀਕੇ ਦੇ ਨਾਲ। ਜੇਕਰ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਹ ਚਿਹਰੇ ਨੂੰ ਕਈ ਵਾਰ ਦੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਚਿਹਰਾ ਕਿਸਦਾ ਹੈ? ਜ਼ਿਆਦਾਤਰ ਲੋਕ ਤਾਂ ਇਸ ਨੂੰ ਕੰਪਿਊਟਰ ਵੱਲੋਂ ਬਣਾਈ ਗਈ ਇੱਕ ਕਾਰਟੂਨ ਦੀ ਫੋਟੋ ਸਮਝਦੇ ਨੇ, ਪਰ ਇਹ ਇੱਕ ਕਾਰਟੂਨ ਦੀ ਫੋਟੋ ਨਹੀਂ ਬਲਕਿ ਇੱਕ ਅਸਲੀ ਇਨਸਾਨ ਦਾ ਚਿਹਰਾ ਹੈ। ਇਹਨਾਂ ਦਾ ਨਾਮ ਹੈ ਯੋਮਿੰਗ, ਜਿਹੜੇ ਕਿ ਚੀਨ ਦੇ ਵਿੱਚ ਰਹਿੰਦੇ ਨੇ ਤੇ ਇਹ ਇੱਕ ਬਾਸਕਟਬਾਲ ਦੇ ਖਿਡਾਰੀ ਨੇ। ਯੋਮਿੰਗ ਦੀ ਇਹ ਫੋਟੋ ਇੱਕ ਇੰਟਰਵਿਊ ਦੇ ਦੌਰਾਨ ਖਿੱਚੀ ਗਈ ਸੀ, ਜਦੋਂ ਉਹ ਕਿਸੇ ਗੱਲ ਨੂੰ ਲੈ ਕੇ ਅਚਾਨਕ ਹੱਸ ਰਹੇ ਸਨ, ਤੇ ਇਹਨਾਂ ਦੀ ਇਹ ਫੋਟੋ ਇੰਨੀ ਜ਼ਿਆਦਾ ਵਾਇਰਲ ਹੋਈ ਕਿ ਹੁਣ ਹਰ ਇੱਕ ਦੇਸ਼ ਦਾ ਇਨਸਾਨ ਇਹਨਾਂ ਦੀ ਇਹ ਫੋਟੋ ਨੂੰ ਪਹਿਚਾਣਦਾ ਹੈ। ਇੰਡੋਨੇਸ਼ੀਆ ਦੇ ਵਿੱਚ ਇੱਕ ਅਜਿਹਾ ਜਵਾਲਾਮੁਖੀ ਹੈ ਜਿਸ ਦਾ ਰੰਗ ਲਾਲ ਨਹੀਂ ਬਲਕਿ ਨੀਲਾ ਹੈ ਤੇ ਇਸ ਦੇ ਅੰਦਰੋਂ ਨੀਲੇ ਰੰਗ ਦਾ ਹੀ ਲਾਵਾ ਨਿਕਲਦਾ ਹੈ। ਇਸ ਜਵਾਲਾਮੁਖੀ ਦੇ ਵਿੱਚੋਂ ਨੀਲੇ ਰੰਗ ਦਾ ਲਾਵਾ ਨਿਕਲਣ ਦਾ ਇੱਕ ਕਾਰਨ ਹੈ ਸਲਫਿਊਰਿਕ ਐਸਿਡ ਗੈਸ, ਜਿਹੜੀ ਕਿ ਇਸ ਦੇ ਅੰਦਰੋਂ ਲਗਾਤਾਰ ਨਿਕਲਦੀ ਰਹਿੰਦੀ ਹੈ ਤੇ ਇਸ ਦੇ ਨਾਲ ਹੀ ਇਸ ਜਵਾਲਾਮੁਖੀ ਦਾ ਤਾਪਮਾਨ ਕਾਫੀ ਜ਼ਿਆਦਾ ਹੈ, ਜਿਸ ਦੇ ਕਾਰਨ ਨੀਲੇ ਰੰਗ ਦਾ ਦਿਖਾਈ ਦਿੰਦਾ ਹੈ ਤੇ ਪੂਰੀ ਦੁਨੀਆ ਦੇ ਵਿੱਚ ਇਹ ਇਕਲੌਤਾ ਨੀਲੇ ਰੰਗ ਦਾ ਜਵਾਲਾਮੁਖੀ ਹੈ। ਕਾਰਨ ਹੀ ਇਸ ਜਵਾਲਾਮੁਖੀ ਨੂੰ ਦੇਖਣ ਦੇ ਲਈ ਇੰਡੋਨੇਸ਼ੀਆ ਦੇ ਵਿੱਚ ਲੋਕ ਦੂਰ ਦੂਰ ਤੋਂ ਆਉਂਦੇ ਨੇ। ਮੰਗੋਲੀਆ ਦੇ ਵਿੱਚ 2014 ਦੇ ਵਿੱਚ 1100 ਸਾਲ ਪੁਰਾਣੀ ਇੱਕ ਮੰਮੀ ਮਿਲੀ। ਇਸ ਮੰਮੀ ਦੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਸ ਦੇ ਜਿਹੜੇ ਬੂਟ ਪਾਏ ਹੋਏ ਸਨ ਉਹ ਅੱਜ ਦੀ ਹੂਬਹੂ ਐਡੀਡਾਸ ਕੰਪਨੀ ਦੇ ਬੂਟਾਂ ਦੇ ਨਾਲ ਮਿਲਦੇ ਸਨ, ਜਿਵੇਂ ਕਿ ਇਸ ਮੰਮੀ ਨੇ ਅਸਲੀ ਐਡੀਡਾਸ ਦੇ ਬੂਟ ਹੀ ਪਾਏ ਹੋਣ। ਸ਼ਾਇਦ 1100 ਸਾਲ ਪਹਿਲਾਂ ਦੇ ਲੋਕ ਵੀ ਅੱਜ ਵਾਂਗੂ ਮਾਡਰਨ ਬੂਟ ਪਾਇਆ ਕਰਦੇ ਸੀ। ਰਿਸਰਚਰ ਦਾ ਕਹਿਣਾ ਹੈ ਕਿ ਇਸ ਇਨਸਾਨ ਦੀ ਮੌਤ ਸਿਰ ਦੇ ਉੱਪਰ ਸੱਟ ਵੱਜਣ ਦੇ ਕਾਰਨ ਹੋਈ ਸੀ ਤੇ ਜਿਸ ਸਮੇਂ ਇਸ ਦੀ ਮੌਤ ਹੁੰਦੀ ਹੈ ਉਸ ਸਮੇਂ ਇਸ ਦੀ ਉਮਰ 30-40 ਸਾਲ ਦੇ ਵਿਚਕਾਰ ਸੀ। ਕੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਜ਼ਿਆਦਾਤਰ ਮਧੂਮੱਖੀਆਂ ਜਦੋਂ ਇਨਸਾਨਾਂ ਨੂੰ ਡੰਗ ਮਾਰਦੀਆਂ ਨੇ ਉਸ ਤੋਂ ਕੁਝ ਸਮੇਂ ਬਾਅਦ ਮਰ ਜਾਂਦੀਆਂ ਨੇ? ਮਧੂਮੱਖੀ ਦੀ ਮੌਤ ਹੋਣ ਦਾ ਕਾਰਨ ਇਹ ਨਹੀਂ ਕਿ ਇਨਸਾਨ ਦੇ ਅੰਦਰ ਜ਼ਹਿਰ ਹੁੰਦੀ ਹੈ, ਬਲਕਿ ਇਸ ਦਾ ਕਾਰਨ ਕੁਝ ਹੋਰ ਹੈ। ਜਦੋਂ ਕੋਈ ਮਧੂਮੱਖੀ ਇਨਸਾਨ ਨੂੰ ਡੰਗ ਮਾਰਦੀ ਹੈ ਤਾਂ ਪਹਿਲਾਂ ਉਸ ਦਾ ਡੰਗ ਟੁੱਟ ਜਾਂਦਾ ਹੈ, ਉਸ ਦੀਆਂ ਮਾਸਪੇਸ਼ੀਆਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ, ਉਸ ਦੀ ਪਾਚਣ ਸ਼ਕਤੀ ਹਿੱਲ ਜਾਂਦੀ ਹੈ ਤੇ ਉਸ ਦੀਆਂ ਅੰਤੜੀਆਂ ਤਬਾਹ ਹੋ ਜਾਂਦੀਆਂ ਨੇ, ਕਿਉਂਕਿ ਇਨਸਾਨ ਦੀ ਚਮੜੀ ਮਧੂਮੱਖੀ ਦੇ ਲਈ ਕਾਫੀ ਜ਼ਿਆਦਾ ਸਖਤ ਹੁੰਦੀ ਹੈ। ਉਹ ਡੰਗ ਤਾਂ ਮਾਰ ਦਿੰਦੀ ਹੈ ਪਰ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ, ਪਰ ਜੇਕਰ ਮਧੂਮੱਖੀ ਕਿਸੇ ਹੋਰ ਜੀਵ ਨੂੰ ਡੰਗ ਮਾਰਦੀ ਹੈ ਜਿਸ ਦੀ ਚਮੜੀ ਸਖਤ ਨਹੀਂ ਤਾਂ ਇਸ ਦੇ ਨਾਲ ਮਧੂਮੱਖੀ ਨੂੰ ਕੁਝ ਵੀ ਨਹੀਂ ਹੁੰਦਾ। ਇੰਡੀਆ ਦੇ ਵਿੱਚ 1000 ਸਾਲ ਪੁਰਾਣਾ ਇੱਕ ਅਜਿਹਾ ਮੰਦਿਰ ਹੈ ਜਿਹੜਾ ਪੱਥਰਾਂ ਨੂੰ ਜੋੜ ਕੇ ਨਹੀਂ ਬਲਕਿ ਪੱਥਰਾਂ ਨੂੰ ਤੋੜ-ਤੋੜ ਕੇ ਬਣਾਇਆ ਗਿਆ ਹੈ। ਹਾਂਜੀ, ਇਸ ਮੰਦਿਰ ਨੂੰ ਪੂਰੇ ਪੱਥਰ ਦੇ ਇੱਕ ਪਹਾੜ ਨੂੰ ਕੱਟ ਕੇ ਬਣਾਇਆ ਗਿਆ ਹੈ। ਇਹ ਕੈਲਾਸ਼ ਨਾਮ ਦਾ ਮੰਦਿਰ ਹੈ ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਮੌਜੂਦ ਹੈ। 100 ਫੁੱਟ ਉੱਚੇ ਅਤੇ 200 ਫੁੱਟ ਲੰਬੇ ਇਸ ਮੰਦਿਰ ਨੂੰ ਬਣਾਉਣ ਦੇ ਲਈ 2 ਲੱਖ ਟਨ ਪੱਥਰ ਦਾ ਜਿਹੜਾ ਵੇਸਟ ਸੀ ਉਸ ਨੂੰ ਬਾਹਰ ਕੱਢਿਆ ਗਿਆ, ਉਹ ਵੀ 1000 ਸਾਲ ਪਹਿਲਾਂ ਜਦੋਂ ਨਾ ਬਿਜਲੀ ਹੁੰਦੀ ਸੀ ਤੇ ਨਾ ਹੀ ਇੰਨੀਆਂ ਵੱਡੀਆਂ ਮਸ਼ੀਨਾਂ ਹੁੰਦੀਆਂ ਸਨ। ਇਹ ਸਾਰੇ ਮੰਦਿਰ ਨੂੰ ਬਹੁਤ ਬਰੀਕੀ ਦੇ ਨਾਲ ਤਰਾਸ਼ ਕੇ ਬਣਾਇਆ ਗਿਆ ਹੈ ਤੇ ਇਸ ਦੇ ਅੰਦਰ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਨੇ। ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਸੜਕਾਂ ਦੇ ਉੱਪਰ ਮੀਂਹ ਪੈਂਦਾ ਹੈ ਤਾਂ ਚਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਹੈ। ਇਹ ਸਾਰਾ ਹਾਲ ਇੰਡੀਆ ਦੇ ਸਾਰੇ ਸ਼ਹਿਰਾਂ ਦਾ ਹੈ ਤੇ ਜਦੋਂ ਇਹ ਪਾਣੀ ਨੂੰ ਧਰਤੀ ਨਹੀਂ ਸੋਖ ਪਾਉਂਦੀ ਉਸ ਕਾਰਨ ਹੜ੍ਹ ਆਉਂਦੇ ਨੇ। ਇਸ ਸਮੱਸਿਆ ਨੂੰ ਦੇਖਦੇ ਹੋਏ ਫੋਰਨ ਦੇ ਦੇਸ਼ਾਂ ਦੇ ਵਿੱਚ ਹੁਣ ਅਜਿਹੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਜਿਹੜੀਆਂ ਪਾਣੀ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਆਪਣੇ ਅੰਦਰ ਸੋਖ ਲੈਣਗੀਆਂ। ਇਹ ਸੜਕਾਂ ਨੂੰ ਇੱਕ ਖਾਸ ਤਰ੍ਹਾਂ ਦੇ ਕੰਕਰੀਟ ਦੇ ਨਾਲ ਬਣਾਇਆ ਜਾਂਦਾ ਹੈ ਤੇ ਇਹ ਕੰਕਰੀਟ ਪਾਣੀ ਨੂੰ ਆਪਣੇ ਅੰਦਰ ਸਪੰਜ ਦੀ ਤਰ੍ਹਾਂ ਸੋਖ ਲੈਂਦਾ ਹੈ। ਬਹੁਤ ਸਾਰੀ ਕੰਟਰੀਆਂ ਆਪਣੇ ਦੇਸ਼ ਦੇ ਅੰਦਰ ਅਜਿਹੀਆਂ ਸੜਕਾਂ ਨੂੰ ਬਣਾ ਰਹੀਆਂ ਨੇ, ਪਰ ਇੰਡੀਆ ਅਜਿਹਾ ਨਹੀਂ ਕਰ ਰਿਹਾ। ਕੀ ਤੁਹਾਨੂੰ ਪਤਾ ਹੈ ਕਿ ਤੁਲਸੀਦਾਸ ਵੱਲੋਂ ਲਿਖੀ ਗਈ ਰਾਮਚਰਿਤਰ ਮਾਨਸ ਦੀ ਅਸਲੀ ਬੁੱਕ ਜਾਂ ਕਹੀਏ ਅਸਲੀ ਕਿਤਾਬ ਅੱਜ ਵੀ ਵਾਰਾਣਸੀ ਦੇ ਤੁਲਸੀ ਮਾਨਸ ਮੰਦਿਰ ਦੇ ਵਿੱਚ ਮੌਜੂਦ ਹੈ। ਤੁਲਸੀਦਾਸ ਜੀ ਨੇ ਇਸ ਰਾਮਚਰਿਤਰ ਮਾਨਸ ਨੂੰ 1631 ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਤੇ ਪੂਰੇ 2 ਸਾਲ 7 ਮਹੀਨੇ 21 ਦਿਨਾਂ ਬਾਅਦ ਉਹਨਾਂ ਨੇ ਰਾਮਚਰਿਤਰ ਮਾਨਸ ਕੰਪਲੀਟ ਕਰ ਦਿੱਤੀ ਸੀ। ਆਪਾਂ ਆਮ ਹੀ ਦੇਖਦੇ ਹਾਂ ਕਿ ਜਦੋਂ ਕਿਸੇ ਇਨਸਾਨ ਨੂੰ ਪਸੀਨਾ ਆਉਂਦਾ ਹੈ ਤਾਂ ਉਸ ਦੇ ਅੰਦਰੋਂ ਬਦਬੂ ਵੀ ਆਉਣ ਲੱਗ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਪਸੀਨੇ ਦੇ ਨਾਲ ਪਰਫਿਊਮ ਵੀ ਬਣਾਇਆ ਜਾ ਸਕਦਾ ਹੈ? ਅਜਿਹਾ ਕਰਕੇ ਦਿਖਾਇਆ ਹੈ ਬ੍ਰਾਜ਼ੀਲ ਦੀ ਰਹਿਣ ਵਾਲੀ 29 ਸਾਲਾਂ ਵਨੀਸਾ ਮੋਰਾ ਨੇ। ਉਸ ਨੇ ਆਪਣੇ ਪਸੀਨੇ ਦੇ ਨਾਲ ਬਣਿਆ ਹੋਇਆ ਇੱਕ ਪਰਫਿਊਮ ਲਾਂਚ ਕੀਤਾ ਹੈ ਤੇ ਇਸ ਦਾ ਦਾਅਵਾ ਹੈ ਕਿ ਇਸ ਦੇ ਪਰਫਿਊਮ ਦੇ ਵਿੱਚ ਕੁਦਰਤੀ ਅਜਿਹੀ ਸਮੈਲ ਹੈ ਜਿਸ ਦੇ ਨਾਲ ਆਦਮੀ ਅਟਰੈਕਟ ਹੁੰਦੇ ਨੇ।
ਇੰਡੀਆ ਦੇ ਵਿੱਚ ਤੁਸੀਂ ਜਿੰਨੀਆਂ ਵੀ 4 ਵੀਲ ਗੱਡੀਆਂ ਦੇਖੀਆਂ ਹੋਣਗੀਆਂ ਉਹਨਾਂ ਦਾ ਸਟੀਅਰਿੰਗ ਸੱਜੇ ਪਾਸੇ ਤੁਸੀਂ ਦੇਖਿਆ ਹੋਵੇਗਾ, ਜਦਕਿ ਇੰਡੀਆ ਤੋਂ ਬਾਹਰ ਜ਼ਿਆਦਾਤਰ ਦੇਸ਼ਾਂ ਦੀਆਂ ਗੱਡੀਆਂ ਦੇ ਸਟੀਅਰਿੰਗ ਖੱਬੇ ਪਾਸੇ ਹੁੰਦੇ ਨੇ। ਸੇਮ ਕੰਪਨੀ ਜਦੋਂ ਕਿਸੇ ਗੱਡੀ ਨੂੰ ਇੰਡੀਆ ਦੇ ਵਿੱਚ ਲਾਂਚ ਕਰਦੀ ਹੈ ਉਸ ਦਾ ਸਟੀਅਰਿੰਗ ਸੱਜੇ ਪਾਸੇ ਰੱਖਦੀ ਹੈ, ਤੇ ਉਹੀ ਗੱਡੀ ਨੂੰ ਜਦੋਂ ਕਿਸੇ ਹੋਰ ਦੇਸ਼ ਦੇ ਵਿੱਚ ਲਾਂਚ ਕਰਦੀ ਹੈ ਤਾਂ ਉਸ ਦਾ ਸਟੀਅਰਿੰਗ ਖੱਬੇ ਪਾਸੇ ਰੱਖਦੀ ਹੈ। ਅਜਿਹਾ ਕਿਉਂ ਹੁੰਦਾ ਹੈ? ਇਸ ਦਾ ਕਾਰਨ ਇਹ ਹੈ ਕਿ ਗੱਡੀਆਂ ਦੇ ਜਿਹੜੇ ਟ੍ਰੈਫਿਕ ਰੂਲ ਸਨ ਉਹ ਸਾਰੇ ਦੇਸ਼ਾਂ ਦੇ ਵਿੱਚ ਅੱਡ-ਅੱਡ ਸਮੇਂ ਤੇ ਲਾਗੂ ਕੀਤੇ ਗਏ। ਪੁਰਾਣੇ ਸਮਿਆਂ ਦੇ ਵਿੱਚ ਸਾਰੇ ਦੇਸ਼ਾਂ ਦੇ ਲੋਕ ਸੜਕ ਦੇ ਖੱਬੇ ਪਾਸੇ ਹੀ ਚੱਲਦੇ ਸਨ, ਪਰ 18ਵੀਂ ਸਦੀ ਦੇ ਵਿੱਚ ਅਮਰੀਕਾ ਦੇ ਲੋਕਾਂ ਨੇ ਸੱਜੇ ਪਾਸੇ ਚੱਲਣ ਦੀ ਸ਼ੁਰੂਆਤ ਕੀਤੀ ਸੀ, ਕਿਉਂਕਿ 18ਵੀਂ ਸਦੀ ਦੇ ਵਿੱਚ ਅਮਰੀਕਾ ਦੀਆਂ ਸੜਕਾਂ ਦੇ ਉੱਪਰ ਘੋੜਾ ਗੱਡੀਆਂ ਚੱਲਣ ਲੱਗ ਗਈਆਂ ਸਨ, ਜਿਨ੍ਹਾਂ ਨੂੰ ਵੈਗਨ ਕਿਹਾ ਜਾਂਦਾ ਸੀ। ਇਸ ਵੈਗਨ ਨੂੰ ਬਹੁਤ ਸਾਰੇ ਘੋੜਿਆਂ ਦੀ ਇੱਕ ਟੀਮ ਖਿੱਚਦੀ ਸੀ, ਤੇ ਇਸ ਵੈਗਨ ਦੇ ਉੱਪਰ ਡਰਾਈਵਰ ਦੇ ਬੈਠਣ ਦੇ ਲਈ ਕੋਈ ਵੀ ਸੀਟ ਨਹੀਂ ਸੀ, ਤੇ ਉਹ ਖੱਬੇ ਪਾਸੇ ਬੈਠ ਕੇ ਬਸ ਇੱਕ ਤਰ੍ਹਾਂ ਦੇ ਨਾਲ ਘੋੜਿਆਂ ਦੀਆਂ ਲਗਾਮਾਂ ਫੜ ਲੈਂਦਾ ਸੀ, ਤੇ ਖੱਬੇ ਪਾਸੇ ਬੈਠਾ ਹੋਣ ਕਰਕੇ ਉਹ ਸਾਹਮਣੇ ਤੋਂ ਆ ਰਹੀ ਵੈਗਨ ਨੂੰ ਵੀ ਚੰਗੀ ਤਰ੍ਹਾਂ ਨਾਲ ਦੇਖ ਲੈਂਦਾ ਸੀ। ਇਸ ਕਰਕੇ USA ਨੂੰ ਇਹ ਰੂਲ ਬਣਾਉਣਾ ਪਿਆ ਸੱਜੇ ਪਾਸੇ ਚੱਲਣ ਦਾ, ਕਿਉਂਕਿ ਖੱਬੇ ਪਾਸੇ ਉਹਨਾਂ ਦੀ ਸੜਕਾਂ ਦੇ ਉੱਪਰ ਵੈਗਨ ਚੱਲਦੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 162 ਦੇਸ਼ ਅਜਿਹੇ ਨੇ ਜਿਨ੍ਹਾਂ ਦੀਆਂ ਗੱਡੀਆਂ ਦਾ ਸਟੀਅਰਿੰਗ ਖੱਬੇ ਪਾਸੇ ਹੁੰਦਾ ਹੈ ਤੇ ਡਰਾਈਵਿੰਗ ਸੜਕ ਦੇ ਸੱਜੇ ਪਾਸੇ ਕਰਦੇ ਨੇ। ਹੁਣ ਗੱਲ ਕਰਦੇ ਹਾਂ ਇੰਡੀਆ ਦੀ। ਇੰਡੀਆ ਇਕਲੌਤਾ ਅਜਿਹਾ ਦੇਸ਼ ਨਹੀਂ ਹੈ ਜਿਸ ਦਾ ਸਟੀਅਰਿੰਗ ਸੱਜੇ ਪਾਸੇ ਹੈ, ਬਲਕਿ ਇੰਡੀਆ ਤੋਂ ਬਿਨਾਂ 76 ਹੋਰ ਦੇਸ਼ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਗੱਡੀਆਂ ਦਾ ਸਟੀਅਰਿੰਗ ਸੱਜੇ ਪਾਸੇ ਹੁੰਦਾ ਹੈ ਤੇ ਡਰਾਈਵਿੰਗ ਸੜਕ ਦੇ ਖੱਬੇ ਪਾਸੇ ਕਰਦੇ ਨੇ। ਇਹਨਾਂ ਦੇ ਵਿੱਚੋਂ ਮੇਨ ਦੇਸ਼ ਨੇ ਜਾਪਾਨ, ਬੰਗਲਾਦੇਸ਼, ਆਸਟ੍ਰੇਲੀਆ ਤੇ ਸਿੰਗਾਪੁਰ। ਇੰਗਲੈਂਡ ਦੇ ਵਿੱਚ 1756 ਦੇ ਵਿੱਚ ਹੀ ਸੜਕ ਦੇ ਉੱਪਰ ਖੱਬੇ ਪਾਸੇ ਚੱਲਣ ਦਾ ਰੂਲ ਲਾਗੂ ਕਰ ਦਿੱਤਾ ਗਿਆ ਸੀ, ਤੇ ਸਾਨੂੰ ਪਤਾ ਹੀ ਹੈ ਕਿ ਇੰਡੀਆ ਦੇ ਉੱਪਰ ਇੰਗਲੈਂਡ ਨੇ 200 ਸਾਲ ਰਾਜ ਕੀਤਾ ਹੈ ਤੇ 200 ਸਾਲ ਇੰਡੀਆ ਦੇ ਉੱਪਰ ਬ੍ਰਿਟਿਸ਼ ਕਾਨੂੰਨ ਹੀ ਚੱਲਦਾ ਸੀ, ਤੇ ਇਸ ਲਈ ਸੜਕ ਦੇ ਖੱਬੇ ਪਾਸੇ ਚੱਲਣ ਦਾ ਇਹ ਰੂਲ ਬ੍ਰਿਟਿਸ਼ ਅੰਪਾਇਰ ਨੇ ਇੰਡੀਆ ਦੇ ਉੱਪਰ ਵੀ ਲਾਗੂ ਕਰ ਦਿੱਤਾ ਸੀ, ਜਿਹੜਾ ਕਿ ਆਜ਼ਾਦੀ ਤੋਂ ਬਾਅਦ ਵੀ ਫੋਲੋ ਕੀਤਾ ਜਾ ਰਿਹਾ ਹੈ। ਇਹ ਸਾਂਝ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।